ਅਕਸਰ ਹੋਇਆ ਭਿਆਨਕ ਹਾਦਸਾ। ਘੋੜੇ ਤੇ ਟਿੱਪਰ ਦੀ ਹੋਈ ਟੱਕਰ। ਟਿੱਪਰ ਨੂੰ ਹੈਡਰਾ ਮਸ਼ੀਨ ਰਾਹੀਂ ਸੜਕ ਤੋਂ ਹਟਾਇਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਹੁੰਦੀ ਸਾਰ ਟਰੱਕ ਪਲਟ ਗਿਆ। ਹਾਦਸੇ ਵਿੱਚ ਕੋਈ ਵੀ ਜਾਨੀ ਹੋਇਆ, ਨੁਕਸਾਨ ਨਹੀਂ ਹੋਇਆ। ਸਰ ਜੋ ਇਹ ਹਾਦਸਾ ਹੋਇਆ, ਕੀ ਮਾਮਲਾ ਕੀ ਹੈ ਪੂਰਾ? ਇਹ ਤੜਕੇ ਟਿੱਪਰ ਤੇ ਉਹ ਦੂਜਾ ਘੋੜਾ ਟਰਾਲਾ ਆਪਸ ਵਿੱਚ ਟਕਰਾਏ ਆ ਝੱਜ ਚੌਂਕ 'ਚ, ਅਤੇ ਉੱਦਾਂ ਜਾਣੀ ਕਿ ਜਾਨੀ ਨੁਕਸਾਨ ਕੋਈ ਨਹੀਂ ਹੈ, ਦੋਨੋਂ ਵਹੀਕਲਾਂ ਦਾ ਨੁਕਸਾਨ ਹੈ ਅਤੇ ਦੋਵੇਂ ਪਾਰਟੀਆਂ ਬੁਲਾਈਆਂ ਵਾ ਅਤੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੰਦੇ ਹਾਂ। ਸਰ ਟਿੱਪਰ ਸੀ ਇਹ ਲੀਗਲ 'ਚ ਸੀ ਅਨਲੀਗਲ ਸੀ, ਫੁੱਲ ਲੋਡ ਸੀ ਰੇਤੇ ਨਾਲ, ਇਹ ਦੱਸ ਸਕਦੇ ਹੋ ਬਾਰੇ? ਟਿੱਪਰ ਰੇਤੇ ਦਾ ਲੋਡ ਸੀਗਾ ਜੀ। ਲੀਗਲ 'ਚ ਅਨਲੀਗਲ 'ਚ ਜੀ ਇਹ? ਨਹੀਂ, ਹੈ ਤਾਂ ਲੀਗਲ ਹੀ ਲਿਆ ਬਾਰੇ ਤਾਂ ਲੀਗਲ ਹੈ ਜੀ। ਹਾਂਜੀ, ਜਾਨੀ ਵਾਲ ਰਫਾ ਕੋਈ ਨਹੀਂ ਹੋਇਆ? ਹਾਂਜੀ, ਨਹੀਂ ਜਾਨੀ ਤੋਂ ਬਚਾ ਉਹਦੇ ਮੂਲੀ ਸਰਤਾਨ ਡਰਾਈਵਰ ਦੇ। ਠੀਕ ਹੈ, ਜਿੰਦੀ ਹੁੰਦੀ ਆਪ ਸਰ। ਠੀਕ ਹੈ, ਕਾਰ ਵੀ ਕੀ ਹੋ ਗਈ ਨਾ ਫਿਰ ਜੀ? ਫਿਰ ਲੋਜ ਕਰ ਦਾਂਗੇ। ਠੀਕ ਹੈ।